ਸਤਿਗੁਰਾਲ ਜੀ ਸਤਿਗੁਰਾਲ ਜੀ ਕਿਵੇਂ ਹੋ ਵੀਰੇ ਬਹੁਤ ਵਧੀਆ ਜੀ ਬਹੁਤ ਵਧੀਆ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਬੂਟਾ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਹੈ ਤੁਸੀਂ ਕੋਟ ਸੁਗਿਆ ਪਿੰਡ ਹੈ ਜੀ ਠੀਕ ਹੈ ਜੀ ਤੇ ਆਪਣੇ ਫਾਰਮ ਦਾ ਨਾਮ ਕੀ ਹੈ ਜੀ ਫਾਰਮ ਦਾ ਨਾਮ ਨਹੀਂ ਰੱਖਾ ਘਰੇ ਰੱਖੇ ਹੋਏ ਹਾਂਜੀ ਹਾਂਜੀ ਸ਼ੌਕ ਤੇ ਮੰਡੀ ਤੇ ਆਏ ਨੂੰ ਕਿੰਨੇ ਦਿਨ ਹੋ ਗਏ ਜੀ ਮੰਡੀ ਤੇ ਸਾਨੂੰ ਅੱਜ ਤੀਜਾ ਦਿਨ ਹੈ ਤੇ ਆਪਾਂ ਕਿੰਨੇ ਜਾਨਵਰ ਲੈ ਕੇ ਆਏ ਮੰਡੀ ਤੇ ਮੰਡੀ ਤੇ ਆਪਣੇ ਕੋਲ 6 ਜਾਨਵਰ ਹੈ ਜੀ ਤੇ ਸਾਰੇ ਸੇਲ ਵਾਸਤੇ ਹੈ ਜੀ ਹਾਂਜੀ ਸੇਲ ਵਾਸਤੇ ਇਹਦੇ ਬਾਰੇ ਦੱਸੋ ਜੀ ਸਾਨੂੰ ਇਹ ਜੀ ਅਰਜਨ ਰੌਲੀ ਵਾਲੇ ਦੀ ਬੱਚੀ ਹੈ ਅੱਛਾ ਜੀ ਹਾਂਜੀ ਤੇ ਮਾਂ ਵੱਲੋਂ ਜੀ ਮਾਂ ਵੱਲੋਂ ਮਾਂ ਇਹਦੀ ਨੁਕਰੀ ਹੈ ਮਾਂ ਨੁਕਰੀ ਹੈ ਹਾਂਜੀ ਕਿੰਨੇ ਚਿਰ ਦੀ ਹੋ ਗਈ ਹੈ ਇਹ 18 ਮਹੀਨੇ ਦੀ ਹੈ ਹਾਈਟ ਇਹਦੀ ਹੈਗੀ ਹੈ 60 ਪਲੱਸ 18 ਮਹੀਨੇ ਦੀ 60 ਪਲੱਸ ਹੋ ਗਈ ਜੀ ਤੇ ਆਪਾਂ ਸੇਲ ਵਾਸਤੇ ਲੈ ਕੇ ਆਏ ਇਹਨੂੰ ਸੇਲ ਹੈ ਤੇ ਆਪਣੀ ਕੀ ਡਿਮਾਂਡ ਹੈ ਜੀ ਇਹਦਾ 7 ਲੱਖ ਮੰਗਦੇ ਆ ਠੀਕ ਹੈ ਜੀ ਮੜਾ ਇਹਨੂੰ ਘੁਮਾਇਓ ਉਧਰ ਨੂੰ ਪਿਓਰ ਨੁਕਰੀ ਜਾ ਗਈ ਹੈ ਮਾੜੀ ਮੋਟੀ ਫੁਲਕਾਰੀ ਠੀਕ ਹੈ ਠੀਕ ਹੈ ਜੀ ਇਹਦੇ ਬਾਰੇ ਦੱਸੋ ਜੀ ਇਹ ਜੀ ਘੋੜੀ ਹੈ 6 ਸਾਲ ਦੀ ਹੈਗੀ ਹੈ ਅੱਛਾ ਜੀ ਹਾਂਜੀ ਕਿਹੜੇ ਘੋੜੇ ਦੀ ਬੱਚੀ ਅਨਨੋਨ ਨਹੀਂ ਹੈ ਠੀਕ ਹੈ ਜੀ ਇਹ ਵੀ ਸੇਲ ਵਾਸਤੇ ਲਿਆਂਦੀ ਹੈ ਹਾਂਜੀ ਸੇਲ ਲਈ ਹੈ ਕਿੰਨਾ ਮੰਗਦੀ ਆਪਾਂ ਇਹਦੇ ਇਹਦਾ 170 170 ਹਾਂਜੀ ਹਾਂਜੀ ਇਹ ਵੀ ਇਹ 14 ਮਹੀਨੇ ਦੀ ਹੈ ਇਹ ਕਿਹੜੇ ਘੋੜੇ ਦੀ ਬੱਚੀ ਹੈ ਇਹ ਭਾਗਸਰ ਵਾਲੇ ਘੋੜੇ ਦੀ ਹੈ ਠੀਕ ਹੈ ਰਾਜਵੀਰ ਦੀ ਇਹ ਵੀ ਡਿਮਾਂਡ ਕਰਦੇ ਆ ਆਪਾਂ 170 ਇਹਦਾ ਵੀ 170 ਹਾਂਜੀ ਦੱਸੋ ਜੀ ਹੈਗੀ ਹੈ ਜੀ ਦੂਜਾ ਆਪਣਾ ਨੱਥੂ ਵਾਲੇ ਗਰਭੀ ਹੈ ਘੋੜਾ ਅੱਛਾ ਜੀ ਵੈਲੀ ਘੋੜੇ ਦੀ ਬੱਚੀ ਹੈ ਵੈਲੀ ਘੋੜੇ ਦੀ ਤੇ ਮਾਂ ਵੱਲੋਂ ਜੀ ਮਾਂ ਵੱਲੋਂ ਇਹ ਨੁਕਰੀ ਹੈ ਕਿੰਨੇ ਮਹੀਨੇ ਦੀ ਹੈ ਇਹ 11 ਮਹੀਨੇ ਦੀ ਹੈ ਇਹ ਵੀ ਫੋਰ ਸੇਲ ਹੈ ਜੀ ਹਾਂਜੀ ਸੇਲ ਹੈ ਇਹਦੀ ਕੀ ਡਿਮਾਂਡ ਹੈ ਜੀ ਇਹਦਾ 175 175 ਹਾਂਜੀ ਹਾਂਜੀ ਇਹ ਘੋੜੀ ਮਾਰਵਾੜੀ ਹੈ ਇਹ ਆਲੀਸ਼ਾਨ ਦੀ ਹੈ ਮਤਲਬ ਅੱਛਾ ਜੀ ਆਲੀਸ਼ਾਨ ਲਾਈਨ ਦੀ ਇਹਦਾ ਆਪਾਂ ਪ੍ਰਾਈਸ ਮਤਲਬ ਹੈਗਾ 3 ਲੱਖ ਰੁਪਇਆ ਤੇਰੀ ਉਮਰ ਕਿੰਨੀ ਹੋ ਗਈ ਜੀ ਉਮਰ ਇਹਦੀ ਹੈਗੀ ਹੈ 6 ਸਾਲ ਦੀ ਕਰੀਬ ਠੀਕ ਹੈ ਤੇ ਕਿੰਨੇ ਕੁ ਬੱਚੇ ਦੇ ਚੁੱਕੇ ਹੁਣ ਤੱਕ ਆਪਾਂ ਵੀ ਮਤਲਬ ਖਰੀਦੀ ਹੋਈ ਸੀ ਅੱਛਾ ਜੀ ਹਾਂ ਇਹ ਆਪਣੇ ਕੋਲੇ ਇੱਕ ਬੱਚਾ ਇਹਦਾ ਕਾਲੇ ਕਾਂਡੇ ਤੋਂ ਗੱਭਨ ਸੀ ਮਤਲਬ ਕਾਲੇ ਕਾਂਡੇ ਦਾ ਵਛੇਰਾ ਆਪਣੇ ਘਰੇ ਹੈ ਅੱਛਾ ਜੀ ਇਹ ਹੁਣ ਖਾਲੀ ਹੈ ਜੀ ਹਾਂ ਹੁਣ ਇਸ ਟਾਈਮ ਖਾਲੀ ਹੈ ਤੇ ਕਿੰਨੀ ਹਾਈਟ ਹੋ ਗਈ ਜੀ ਇਹਦੀ ਹਾਈਟ ਇਹਦੀ ਹੋਊਗੀ 60 ਪਲੱਸ ਠੀਕ ਹੈ ਜੀ ਕਿੰਨਾ ਮੰਗਦੀ ਇਹਦਾ ਇਹਦਾ 3 ਲੱਖ ਰੁਪਇਆ ਠੀਕ ਹੈ ਜੀ